ਹਾਂਜੀ ਗੁੱਡ ਈਵਨਿੰਗ ਜੀ ਆਸ ਕਰਦਾ ਕਿ ਸਾਰੇ ਠੀਕ ਠਾਕ ਹੋਣਗੇ ਵੀਰ ਭੈਣ ਭਰਾ ਚੜ੍ਹਦੀ ਕਲਾ ਦੇ ਵਿੱਚ ਹੋਗੇ ਵੀਕਐਂਡ ਤੁਹਾਡਾ ਗਿਆ ਹੋਊਗਾ ਜੀ ਵਧੀਆ ਸਾਡਾ ਵੀਕਐਂਡ ਤੇ ਜੀ ਸਨੋ ਚੱਕ ਕੇ ਲੰਘ ਗਿਆ स्ਨੋ ਪੈ ਗਈ ਤੜਲੇਦਾਰ ਪੂਰੀ ਆਲਮੋਸਟ ਲੱਗਾ 7-8 ਇੰਚ ਤੇ ਸਨੋ ਚੱਕ ਸਨੋ ਚੱਕ ਦੇ ਚੱਕ ਦੇ ਵੀਕਐਂਡ ਲੰਘ ਗਿਆ ਜੀ ਠੰਡਾ ਠੰਡਾ ਕੁਲਕੁਲ ਹੋ ਗਿਆ ਮੌਸਮ ਪੂਰਾ ਸੋ ਵੈਲਕਮ ਜੀ ਮਾਰਕੀਟ ਪ੍ਰੀਵਿਊ ਦੇ ਵਿੱਚ ਵੀਕਲੀ ਮਾਰਕੀਟ ਪ੍ਰੀਵਿਊ ਜਿਸ ਤੇ ਵਿੱਚ ਆਪਾਂ ਗੱਲ ਕਰਨੀ ਹੈ ਕਿ ਨੈਕਸਟ ਵੀਕ ਮਾਰਕੀਟ ਦੇ ਵਿੱਚ ਕੀ ਹੋ ਸਕਦਾ ਆ ਕਿਹੜੇ ਕਿਹੜੇ ਦਿਨ ਇਵੈਂਟ ਆ ਰਹੇ ਨੇ ਕਿਦੋਂ ਕਿਦੋਂ ਤੁਹਾਨੂੰ ਧਿਆਨ ਦੇ ਨਾਲ ট্রেਡ ਕਰਨ ਦੀ ਲੋੜ ਆ ਤੇ ਕਿਹੜੇ ਕਿਹੜੇ ਸਟਾਕਸ ਨੇ ਜਿਨ੍ਹਾਂ ਨੂੰ ਤੁਸੀਂ ਨੈਕਸਟ ਵੀਕ ਦੇ ਵਿੱਚ ਵਾਚ ਕਰ ਸਕਦੇ ਆ ট্রেਡ ਕਰ ਸਕਦੇ ਆ ਕਿਹੜੇ ਏਰੀਏ ਤੋਂ ট্রেਡ ਕਰ ਸਕਦੇ ਆ ਉਹਨਾਂ ਸਾਰਿਆਂ ਬਾਰੇ ਕਰਦੇ ਆ ਜੀ ਗੱਲਬਾਤ ਕਾਪੀ ਪੈਨ ਚੱਕ ਲਿਓ ਐਂਡ ਤੱਕ ਧਿਆਨ ਦੇ ਨਾਲ ਸੁਣ ਲਿਓ ਕਿਉਂਕਿ ਐਂਡ ਤੇ ਕੁਝ ਮੈਂ ਸਟਾਕਸ ਤੇ ਜਿਹੜੇ ਆ ਚਾਰਟਸ ਨੇ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ ਤੁਹਾਨੂੰ ਦੱਸੂਗਾ ਸੋ ਸਭ ਤੋਂ ਪਹਿਲਾਂ ਜੇ ਆਪਾਂ ਨੈਕਸਟ ਵੀਕ ਦੀ ਗੱਲ ਕਰੀਏ ਤਾਂ ਨੈਕਸਟ ਵੀਕ ਦੇ ਵਿੱਚ ਫੈਡ ਮਿਨਿਟਸ ਆ ਰਹੇ ਨੇ ਜੀ ਟਿਊਜ਼ਡੇ ਨੂੰ ਸੋ ਫੈਡ ਮਿਨਿਟਸ ਜਿਹੜੇ ਆ ਬਹੁਤ ਹੀ ਇੰਪੋਰਟੈਂਟ ਹੋਣਗੇ ਕਿਉਂਕਿ ਉੱਥੋਂ ਆਪਾਂ ਇਹ ਟੋਨ ਥੋੜੀ ਜਿਹੀ ਲੱਭਣੀ ਆ ਕਿ ਕੀ ਜਿਹੜਾ ਦਸੰਬਰ ਦੇ ਵਿੱਚ ਰੇਟ ਕੱਟ ਹੋਣਾ ਆ ਜਾਂ ਨਹੀਂ ਹੋਣਾ ਕਿਉਂਕਿ ਜੇ ਦਸੰਬਰ ਦੇ ਵਿੱਚ ਰੇਟ ਕੱਟ ਨਹੀਂ ਹੁੰਦਾ ਤੇ ਮਾਰਕੀਟ ਉਹਨੂੰ ਥੋੜਾ ਜਿਹਾ 네ਗੇਟਿਵ ਜਿਹੜਾ ਆ ਰिएक्ट ਕਰ ਸਕਦੀ ਆ ਸੋ ਇਸ ਕਰਕੇ ਜਿਹੜਾ ਟਿਊਜ਼ਡੇ ਨੂੰ 2 ਵਜੇ ਈਸਟਰਨ ਟਾਈਮ 2 ਪੀਐਮ ਟੋਰਾਂਟੋ ਟਾਈਮ ਨਿਊਯਾਰਕ ਟਾਈਮ ਜਿਹੜਾ ਦਾ ਆਪਣਾ ਆਉਣੀ ਆ ਜੀ ਫੈਡ ਮਿਨਿਟਸ ਸਟੇਟਮੈਂਟ ਆਉਣੀ ਆ ਉਹ ਆਪਾਂ ਦੇਖਾਂਗੇ ਕਿ ਕਿੱਦਾਂ ਨਹੀਂ ਆਉਂਦੀ ਹੈ ਫੈਡ ਮਿਨਿਟਸ ਤੇ ਲਾਸਟ ਜੇ ਆਪਾਂ 2-3 ਵਾਰੀ ਦੇਖੀਏ ਤਾਂ ਮਾਰਕੀਟ ਨੇ ਕੁਝ ਜ਼ਿਆਦਾ ਰਿਐਕਸ਼ਨ ਨਹੀਂ ਕਰਿਆ ਬਟ ਇਸ ਵਾਰ ਸ਼ਾਇਦ ਆਸ ਹੈਗੀ ਆ ਕਿ ਜੇ ਉਹ ਇੰਟਰਸਟ ਰੇਟ ਕੱਟ ਕਰਨ ਦੀ ਗੱਲ ਥੋੜੀ ਬਹੁਤੀ ਕੱਟ ਕਰਦੇ ਆ ਤਾਂ ਰਿਐਕਟ ਹੋ ਸਕਦਾ ਆਪਾਂ অলਵੇਜ਼ ਦੇਖਦੇ ਆ ਕਿ ਜਦੋਂ ਵੀ ਅੰਕਲ ਬੋਲਦੇ ਨੇ ਜਾਂ ਕੋਈ ਸਟੇਟਮੈਂਟ ਆਉਂਦੀ ਆ ਉਹਦੇ ਵਿੱਚ ਸਾਰਾ ਕੁਝ ਇਹੀ ਲਿਖਿਆ ਹੁੰਦਾ ਕਿ ਜਿਹੜਾ ਅਪਕਮਿੰਗ ਡਾਟਾ ਆ ਉਹ ਤੇ ਅਸੀਂ ਸਾਰਾ ਡਿਪੈਂਡ ਕਰਾਂਗੇ ਰਾਈਟ ਵੇ ਕੁਝ ਆਪਾਂ ਨੂੰ ਕਲੀਅਰ ਪਿਕਚਰ ਨਹੀਂ ਮਿਲਦੀ ਸੋ ਇਸ ਕਰਕੇ ਸ਼ਾਇਦ ਸੇਮ ਚੀਜ਼ ਹੋਵੇ ਬਟ ਯੂ ਨੀਡ ਟੂ ਬੀ ਯੂ ਨੀਡ ਟੂ ਵਾਚ ਇਟ ਯੂ ਨੀਡ ਟੂ ਬੀ ਵੈਰੀ ਕੇਅਰਫੁਲ ਟਿਊਸਡੇ ਆਫਟਰਨੂਨ ਦੇ ਵਿੱਚ ਜਦੋਂ ਫੈਡ ਮਿਨਟਸ ਆਉਣੇ ਉਸ ਤੋਂ ਬਾਅਦ ਮਾਰਕੀਟ ਦਾ ਰਿਐਕਸ਼ਨ ਕੀ ਹੁੰਦਾ ਆ ਉਹਨੂੰ ਦੇਖ ਕੇ ਫਿਰ ਟ੍ਰੇਡ ਕਰ ਸਕਦੇ ਹੋ ਜੀ ਲਾਸਟ ਵੀਕ ਦੀ ਗੱਲ ਬਾਤ ਕਰੀਏ ਤਾਂ ਲਾਸਟ ਵੀਕ ਮਾਰਕੀਟ ਦੇ ਵਿੱਚ ਕੁਝ ਖਾਸ ਨਹੀਂ ਸੀ ਮਾਰਕੀਟ ਇੱਕ ਵਧੀਆ ਏਰੀਆ 585 ਵਾਲਾ ਜਿਹੜਾ ਆ ਸਪਾਈਓ ਨੂੰ ਹੋਲਡ ਕਰਕੇ ਵਾਪਸੀ ਕਰਨ ਲੱਗ ਗਿਆ ਤਰੀਆਪਨ ਵੀਡੀਓ ਦੀ ਅਰਨਿੰਗ ਦੀ ਗੱਲ ਕਰੀਏ ਤਾਂ ਉਹ ਵੀ ਕੋਈ ਖਾਸ ਇੰਪ੍ਰੈਸਿਵ ਨਹੀਂ ਸੀ ਆਈ ਸੋ ਗੁੱਡ ਸੀ ਅਰਨਿੰਗ ਉਹਦੇ ਬਾਰੇ ਤੁਹਾਨੂੰ ਮੈਂ ਡਿਟੇਲ ਵੀਡੀਓ ਆਲਰੇਡੀ YouTube ਦੇ ਉੱਪਰ ਸ਼ੇਅਰ ਕਰ ਹੀ ਦਿੱਤੀ ਆ ਤੁਹਾਡੇ ਵਿੱਚੋਂ ਕਾਫੀ ਲੋਕਾਂ ਨੇ ਦੇਖ ਲਈ ਹੋਣੀਆਂ ਜੇ ਨਹੀਂ ਦੇਖੀ ਤਾਂ ਜਾ ਕੇ ਦੇਖ ਲਿਓ ਜਿਸ ਤੇ ਵਿੱਚ ਸਾਰੀ ਕੱਲੀ-ਕੱਲੀ ਚੀਜ਼ ਦੱਸੀ ਹੋਈ ਕਿ ਨਵੀਡੀਆ ਦਾ ਸਟਾਕ ਤੁਸੀਂ ਕਦੋਂ ਬਾਏ ਕਰਨਾ ਜੇ ਤੁਹਾਡੇ ਤੋਂ ਹੈਗਾ ਆ ਤੇ ਤੁਸੀਂ ਕਿੱਥੇ ਸੈੱਲ ਕਰ ਸਕਦੇ ਹੋ ਕੀ ਤੁਹਾਡਾ ਪਲਾਨ ਹੋਣਾ ਚਾਹੀਦਾ ਨਵੀਡੀਆ ਕੰਪਨੀ ਦੇ ਵਿੱਚ ਕੀ ਹੋ ਰਿਹਾ ਐਵਰੀਥਿੰਗ ਇਜ਼ ਥੇਰ ਉਸ ਵੀਡੀਓ ਦੇ ਉੱਪਰ ਹੈਗਾ ਤੁਸੀਂ ਚੈਨਲ ਆਪਣੇ ਸਟਾਕ ਟਾਕ ਫਾਰ ਯੂ ਤੇ ਉੱਥੇ ਜਾ ਕੇ ਦੇਖ ਸਕਦੇ ਹੋ ਜਿੰਨ ਮੀਡੀਆ ਦੀ ਅਰਨਿੰਗ ਬਾਰੇ ਜੋ ਡਿਟੇਲ ਵੀਡੀਓ ਸ਼ੇਅਰ ਕਰੀ ਹੋਈ ਆ ਨਾਲ ਦੀ ਨਾਲ ਲਾਸਟ ਵੀਕ ਦੇ ਵਿੱਚ ਜਿਹੜੀ ਵਧੀਆ ਅਰਨਿੰਗ ਸੀ ਜੀ ਉਹ ਸੀ ਸਨੋ ਦੀ ਤੇ ਜੇ ਯਾਦ ਹੋਵੇ ਤਾਂ ਤੁਹਾਨੂੰ ਮੈਂ ਵਾਰ-ਵਾਰ ਇਹੀ ਕਹਿੰਦਾ ਆ ਰਿਹਾ ਸੀ ਚਾਹੇ ਲਾਸਟ ਵੀਕ ਦਾ ਮਾਰਕੀਟ ਪ੍ਰੀਵਿਊ ਜਾ ਕੇ ਵਾਚ ਕਰ ਲਓ ਉਹਦੇ ਵਿੱਚ ਮੇਕੋ ਜੀਤ ਗਈ ਸੀ ਕਿ ਨਿਮੀਡੀਆ ਨੇ ਕੁਝ ਖਾਸ ਨਹੀਂ ਕਰਨਾ ਇਹ ਖੱਜਲੀ ਕਰੂਗਾ ਬਟ ਸਨੋ ਇਸ ਦਾ ਸਟਾਕ ਜਿਹਨੂੰ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਪ੍ਰੋਫਿਟ ਬਣਾਇਆ ਬਹੁਤ ਸਾਰੇ ਵੀਰਾਂ ਨੇ ਸੋ ਕੰਗ੍ਰੈਚੂਲੇਸ਼ਨ ਜਿਨ੍ਹਾਂ ਨੇ ਉਹ ਫਾਲੋ ਕੀਤਾ ਤੇ ਵਧੀਆ ਪ੍ਰੋਫਿਟ ਬਣਾਇਆ ਜੀ ਸਨੋ ਦੀ ਅਰਨਿੰਗ ਦੇ ਵਿੱਚ ਨੈਕਸਟ ਓਨ ਆਪਾਂ ਕਿਹੜੀ ਅਰਨਿੰਗ ਪਲੇ ਕਰਨੀ ਉਹਦੇ ਬਾਰੇ ਤੁਹਾਨੂੰ ਮੈਂ ਦੱਸਤਾ ਜਾਂ ਜੀ ਅੱਗੇ ਜਾ ਕੇ ਸੋ ਹੋਰ ਨੈਕਸਟ ਵੀਕ ਦੇ ਵਿੱਚ ਕਿਹੜੀ ਇਵੈਂਟ ਆ ਰਹੇ ਨੇ ਸੋ ਥੋੜਾ ਜਿਹਾ ਮੈਨੂੰ ਲੱਗਦਾ ਕਿ ਜਿਹੜੀ ਆਈਪੀਓ ਦੀ ਜਾਂ ਮਰਜਰ ਵਾਲੀ ਐਮ ਐਂਡ ਏ ਮਰਜਰ ਐਕ acquisition ਵਾਲੀ ਮਾਰਕੀਟ ਆ ਉਹ ਥੋੜੀ ਗਰਮ ਹੋਣ ਵਾਲੀ ਆ ਸਭ ਤੋਂ ਪਹਿਲਾਂ ਕੱਲ ਮੰਡੇ ਨੂੰ ਇੱਕ ਆਈਪੀਓ ਹੋਣਾ ਜੀ ਨਵਾਂ ਪੁਨੀ AI ਸੋ so, ਪੁਨੀ AI ਇੱਕ ਕੰਪਨੀ ਆ ਜਿਹੜੀ ਆਟੋਨੋਮਸ ਵੀਕਲ ਬਣਾਉਂਦੀ ਆ ਮੈਨੂੰ ਲੱਗਦਾ ਜਿੱਦਾਂ ਟੈਸਲਾ ਨੇ ਪਿੱਛੇ ਜੇ ਕਾਰ ਜਿਹੜੀ ਆਪਣੀ ਰਿਵੀਲ ਕਰੀ ਸੀ ਕਿ ਜਿਹੜੀ ਆਪੇ ਚੱਲਦੀ ਆ ਇਦਾਂ ਦੇ ਸੋ ਕੰਪਨੀ ਦਾ ਸਟਾਕ ਲਾਂਚ ਹੋਣ ਦਾ ਸ਼ਾਇਦ ਆਈਪੀਓ ਆ ਜੀ ਅਰਾਊਂਡ 11 ਤੋਂ 13 ਡਾਲਰ ਦੇ ਵਿੱਚ ਐਕਸਪੈਕਟ ਕੀਤਾ ਜਾ ਰਿਹਾ ਬਟ ਆਪਾਂ ਇਹ ਦੇਖਣਾ ਕਿ ਇਹਨੂੰ ਕਿੰਨੀ ਕੁ ਹਾਈਪ ਬਣਦੀ ਆ ਕਿੰਨਾ ਕੁ ਉੱਪਰ ਜਾਂਦਾ ਆ ਕਿੰਨਾ ਕੁ ਥੱਲੇ ਡਿੱਗਦਾ ਰਾਈਟ ਵੇ ਮੈਂ ਤੁਹਾਨੂੰ ਟਰੇਡ ਕਰਨ ਲਈ ਨਹੀਂ ਕਹਿ ਰਿਹਾ ਬਟ ਕੱਲ ਨੂੰ ਜਦੋਂ ਵੀ ਇਹਨਾਂ ਦਾ ਆਈਪੀਓ ਆਉਂਦਾ ਆ ਤੁਸੀਂ ਇਹ ਵਾਚ ਕਰਨਾ ਕਿ ਕੀ ਆਈਪੀਓ ਦੀ ਹਾਈਪ ਬਣਦੀ ਆ ਤੇ ਜਾਂ ਨਹੀਂ ਕਿਉਂਕਿ ਜੀ ਆਈਪੀਓ ਦੀ ਇਹਦੀ ਹਾਈਪ ਬਣਦੀ ਆ ਤੇ ਫਿਰ ਆਪਾਂ ਨੂੰ ਜਿਹੜੇ ਅਪਕਮਿੰਗ ਆਈਪੀਓਜ਼ ਆਉਣੇ ਆ ਉਹਨਾਂ ਦੇ ਲਈ ਰੈਡੀ ਹੋਣਾ ਚਾਹੀਦਾ ਹੈ ਥੋੜਾ ਜਿਹਾ ਪਲਾਨ ਕਰਨਾ ਚਾਹੀਦਾ ਹੈ ਬਹੁਤ ਸਾਰੇ ਵੀਰਾਂ ਭੈਣਾਂ ਨੇ ਪੈਸੇ ਬਣਾਏ ਆ ਪਹਿਲਾਂ 2021 22 23 ਦੇ ਵਿੱਚ 21 22 ਦੇ ਵਿੱਚ ਜਿਹੜੇ ਮੇਰੇ ਨਾਲ ਟ੍ਰੇਡ ਕਰਦੇ ਕਿ ਆਈਪੀਓ ਆਉਣ ਤੋਂ ਪਹਿਲਾਂ ਬਾਏ ਕਰ ਲੈਂਦੇ ਹੁੰਦੇ ਸੀ ਯੂ ਐਸ ਏ ਦੇ ਵਿੱਚ ਹੋ ਜਾਂਦਾ ਕਈ ਬ੍ਰੋਕਰਾਂ ਦੇ ਕੈਨੇਡਾ ਦੇ ਵਿੱਚ ਨਹੀਂ ਆ ਸ਼ਾਇਦ ਉਹ ਹੀ ਬੁਲਚ ਹੋ ਜਾਂਦਾ ਹੋਵੇ ਆਪਾਂ ਨੂੰ ਦੇਖਣਾ ਪੈਣਾ ਸੋ ਪਹਿਲਾਂ ਬਾਏ ਕਰ ਲੈਂਦੇ ਸੀ ਆਈਪੀਓ ਆਉਂਦਾ ਹੀ ਪ੍ਰੋਫਿਟ ਬਣਦਾ ਹੀ ਬਾਹਰ ਆ ਜਾਂਦੀ ਸੀ ਸੋ ਪਹਿਲੀ ਤਾਂ ਚੀਜ਼ ਇਹ ਦੇਖਣੀ ਹੈ ਕਿ ਕੀ ਆਈਪੀਓ ਦੀ ਆਈਪੀਓ ਦੀ ਹਾਈਪ ਬਣਨੀ ਸ਼ੁਰੂ ਹੁੰਦੀ ਆ ਜਾਂ ਨਹੀਂ ਹੁੰਦੀ ਜੇ ਹੁੰਦੀ ਆ ਤੇ ਵੀ ਹੈਵ ਦਾ ਪਲਾਨ ਵੀ ਹੈਵ ਦਾ ਆਈਡੀਆ ਵੀ ਵਿਲ ਰਿਸਰਚ ਕਿ ਕਿਹੜੇ ਕਿਹੜੇ ਨਵੇਂ ਆਈਪੀਓ ਆਣੇ ਜਿਹੜੇ ਵਧੀਆ ਆਣੇ ਉਹਨਾਂ ਦੇ ਆਪਾਂ ਆਪਣੇ ਬੈਟ ਕਿਹਾ ਸਕਦੇ ਆ ਬੈਟ ਲਗਾਇਆ ਕਰਾਂਗੇ ਇਨਵੈਸਟ ਕਰਿਆ ਕਰਾਂਗੇ ਤੇ ਪ੍ਰੋਫਿਟ ਬਣਾਇਆ ਕਰਾਂਗੇ ਆਲਵੇਜ਼ ਮੈਂ ਕਹਿੰਦਾ ਹਾਂ ਕਿ ਯੂ ਸ਼ੁੱਡ ਬੀ ਪ੍ਰਪੇਅਰਡ ਇਹ ਸਾਰਾ ਕੁਝ ਤੁਹਾਨੂੰ ਆਪਣਾ ਸਟੱਡੀ ਰਿਸਰਚ ਕਰਨਾ ਪੈਂਦਾ ਆ ਬਟ ਇੱਥੇ ਆਪਣੇ ਨਾਲ ਜੁੜੇ ਰਹਿਣ ਦਾ ਤੁਹਾਨੂੰ ਇਹ ਫਾਇਦਾ ਆ ਕਿ ਤੁਹਾਨੂੰ ਸਾਰਾ ਕੁਝ ਥਾਲੀ ਦੇ ਵਿੱਚ ਮਿਲ ਜਾਂਦਾ ਜੀ ਰੀਸਰਚ ਕਰੀ ਹੋਈ ਯੂਸਸਟ ਮੀਟ ਟੂ ਰਿਸਰਚ ਆਪਣਾ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਆ ਤੁਹਾਨੂੰ ਕਿ ਹਾਂਜੀ ਇਹ ਚੀਜ਼ ਹੋ ਰਹੀ ਆ ਚਲੋ ਦੇਖਦੇ ਆ ਜੀ ਸੋ ਕੱਲ ਆਈਪੀਓ ਆਪਾਂ ਦੇਖਣਾ ਪਊਨੀ ਦਾ ਕੀ ਕਰਦਾ ਜੀ ਟਿਊਜ਼ਡੇ ਨੂੰ ਫੈਡ ਮਿਨਟ ਆ ਦੱਸ ਦਿੱਤਾ ਵੈਨਸਡੇ ਨੂੰ ਪੀਸੀਈ ਡਾਟਾ ਆਉਣਾ ਸੋ ਪੀਸੀਈ ਡਾਟਾ ਜਿਹੜਾ ਇਨਫਲੇਸ਼ਨ ਦਾ ਡਾਟਾ ਆ ਜੀ ਇਹ ਵੀ ਕਾਫੀ ਇੰਪੋਰਟੈਂਟ ਅਗੇਨ ਰਹੂਗਾ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਅੰਕਲ ਹੋਣੀ ਜਾਂ ਫੈਡ ਵਾਲੇ ਸਪੀਕਰ ਜਿਹੜੇ ਆਲਵੇਜ਼ ਇਹੀ ਕਹਿ ਦਿੰਦੇ ਆ ਕਿ ਜਿਹੜਾ ਨੈਕਸਟ ਡਾਟਾ ਆਊਗਾ ਸੀ ਉਹ ਤੇ ਬੇਸ ਤੇ ਡਿਸੀਜਨ ਬਣਾਵਾਂਗੇ ਕੋਈ 인ਫਲੇਸ਼ਨ ਦਾ ਡਾਟਾ ਕੋਈ ਇਮਪਲੋਇਮੈਂਟ ਦਾ ਡਾਟਾ ਕੋਈ ਹਾਊਸਿੰਗ ਮਾਰਕੀਟ ਦਾ ਡਾਟਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਡਾਟਾ ਆਉਂਦਾ ਕਹਿੰਦੇ ਕਿ ਅਸੀਂ ਉਸ ਨੂੰ ਦੇਖ ਕੇ ਤੇ ਆਪਣਾ ਡਿਸੀਜਨ ਬਣਾਵਾਂਗੇ ਰੇਟ ਕੱਟ ਕਰਨਾ ਹੈ ਜਾਂ ਨਹੀਂ ਕਰਨਾ ਸੋ ਇਸੇ ਕਰਕੇ ਜਿਹੜਾ ਪੀਸੀਈ ਡਾਟਾ ਉਹ ਵੀ ਕਾਫੀ ਇੰਪੋਰਟੈਂਟ ਹੋਊਗਾ ਵੈਨਸਡੇ ਮਾਰਨਿੰਗ ਜਿਹੜਾ ਆਉਣਾ ਕਿ ਕਿੱਦਾਂ ਦਾ ਆਉਂਦਾ ਆ ਆਸ ਕਰਦੇ ਹਾਂ ਕਿ ਵਧੀਆ ਹੀ ਆਵੇ ਤਾਂ ਮਾਰਕੀਟ ਪੋਜ਼ਿਟਿਵ ਦੇ ਵਿੱਚ ਰਵੇ ਬਟ ਜੇ ਵੀ ਜ਼ਿਆਦਾ ਆਉਂਦਾ ਆ ਤੇ ਫਿਰ ਉਹੀ ਆ ਕਿ ਥੋੜੇ ਜਿ ਰੇਟ ਕੱਟ ਦੇ ਚਾਂਸ ਘਟੀ ਜਾਣੇ ਆ ਘਟੀ ਜਾਣੇ ਘਟੀ ਜਾਣੇ ਫਿਰ ਮਾਰਕੀਟ ਦੇ ਲਈ ਥ ਥਰਸਡੇ ਨੂੰ ਸਟਾਕ ਮਾਰਕੀਟ ਬੰਦ ਆ ਜੀ ਸੋ ਥਰਸਡੇ ਨੂੰ ਸਟਾਕ ਮਾਰਕੀਟ ਬੰਦ ਆ ਥੈਂਕਸ giving ਡੇ ਕਰਕੇ ਯੂ ਐਸ ਏ ਦੇ ਵਿੱਚ ਸੋ ਥਰਸਡੇ ਨੂੰ ਟਰੇਡਿੰਗ ਨਹੀਂ ਹੋਊਗੀ ਜੀ ਫਰਾਈਡੇ ਨੂੰ ਸਟਾਕ ਮਾਰਕੀਟ ਦੇ अर्ਲੀ ਬੰਦ ਹੋ ਜਾਣਾ ਆ 1 ਵਜੇ ਟੋਰਾਂਟੋ ਟਾਈਮ 1 ਵਜੇ ਈਸਟਰਨ ਟਾਈਮ ਨਿਊਯਾਰਕ ਟਾਈਮ ਸੋ ਇਸ ਕਰਕੇ ਸਟਾਕ ਮਾਰਕੀਟ ਦੇ ਵਿੱਚ ਬਹੁਤ ਇੱਕ ਸ਼ਾਰਟ ਜਿਹਾ ਵੀਕ ਹੈਗਾ ਟਰੇਡ ਕਰਨ ਲਈ ਮੰਡੇ ਟਿਊਜ਼ਡੇ ਵੈਂਸਡੇ ਤਿੰਨ ਦਿਨਾਂ ਬੇਸਿਕਲੀ ਥਰਸਡੇ ਕਿਸੇ ਨੇ ਟਰੇਡ ਨਹੀਂ ਕਰਨਾ ਕਿਉਂਕਿ ਮਾਰਕੀਟ ਬੰਦ ਆ ਫ੍ਰਾਈਡੇ ਕੇ ਇਹਨੇ ਟ੍ਰੇਡ ਨਹੀਂ ਕਰਨਾ ਕਿਉਂਕਿ ਛੋਟਾ ਦਿਨ ਆ ਲੋਕਾਂ ਨੇ ਆਪਣਾ ਇੰਜੋਏ ਕਰਨਾ ਫੈਮਿਲੀ ਦੇ ਨਾਲ ਥੈਂਕਸ ਗਿਵਿੰਗ ਡਿਨਰ ਦੇ ਕਰਕੇ ਆ ਆਰਾਮ ਦੇ ਨਾਲ ਲੇਟੇ ਮਾਰਨੇ ਜੀ ਲੋਕਾਂ ਨੇ ਸੋ ਇਸ ਕਰਕੇ ਤੁਹਾਨੂੰ ਜਿਹੜਾ ਆ ਜੀ ਮੰਡੇ ਟਿਊਜ਼ਡੇ ਵੈਨਸਡੇ ਤਿੰਨ ਦਿਨਾਂ ਸ਼ਾਂਤੀ ਜੀ ਦੇ ਨਾਲ ਟ੍ਰੇਡ ਕਰਾਂਗੇ ਵੀ ਵਿਲ ਨਾਟ ਬੀ ਵੈਰੀ ਮੱਚ ਅਗਰੈਸਿਵ ਆਲਵੇਜ਼ ਮੈਂ ਇਹੀ ਕਹਿੰਨਾ ਆ ਬਟ ਜੀ ਆਪਾਂ ਨੂੰ ਵਧੀਆ ਓਪਰਚ्युनिटी ਮਿਲਦੀ ਆ ਤੇ ਉਸ ਤਰੀਕੇ ਨਾਲ ਆਪਾਂ ਟ੍ਰੇਡ ਕਰਾਂਗੇ ਲਾਸਟ ਵੀਕ ਦੇ ਵਿੱਚ ਵੀ ਬੜਾ ਵਧੀਆ ਟ੍ਰੇਡ ਕਰਿਆ ਸੀ ਆਪਾਂ ਤੁਹਾਡੇ ਸਾਹਮਣੇ ਜੇ ਆਪਾਂ ਸਪਾਈ ਦੀ ਗੱਲ ਕਰ ਲਈ ਤਾਂ ਕੋਈ ਵੀ ਟਰੇਡ ਆਪਣੀ ਰੈੱਡ ਵਿੱਚ ਨਹੀਂ ਸੀ ਗਈ ਸਾਰੀਆਂ ਟਰੇਡਾਂ ਆਪਾਂ ਗ੍ਰੀਨ ਦੇ ਵਿੱਚ ਹੀ ਕਲੋਜ਼ ਕਰੀਆਂ ਸੀ ਪੇਸ਼ੈਂਸ ਰੱਖ ਕੇ ਬਾਕੀ ਜਿਹੜੇ ਸਟਾਕ ਆ ਉਹਨਾਂ ਦੇ ਵਿੱਚ ਸਵਿੰਗ ਵੀ ਹੈਗੀਆਂ ਸੀ ਚੱਲ ਰਹੀਆਂ ਦੇਖਦੇ ਹੋ ਆਪਾਂ ਕਿੱਦਾਂ ਦੇ ਰਿਜ਼ਲਟ ਆਉਂਦੇ ਇਸ ਵੀਕ ਦੇ ਵਿੱਚ ਦੇ ਸੋ ਆਲਵੇਜ਼ ਜਸਟ ਹੈਵ ਪੇਸ਼ੈਂਸ ਜਿਹੜੇ ਆਪਣੇ ਨਾਲ ਲਾਈਵ ਟਰੇਡ ਕਰਦੇ ਆ ਉਹਨਾਂ ਨੂੰ ਪਤਾ ਹੀ ਹੈ ਕਿ ਕਿੱਦਾਂ ਕਰਨਾ ਸੋ ਸੇਮ ਚੀਜ਼ ਆਪਾਂ ਕਰਨੀ ਆ ਜੀ ਕੁਝ ਡਿਫਰੈਂਟ ਨਹੀਂ ਕਰਾਂਗੇ ਨਾਲ ਦੀ ਨਾਲ ਕਿਹੜੀਆਂ ਕਿਹੜੀਆਂ ਅਰਨਿੰਗਸ ਆਉਣੀਆਂ ਨੇ ਸੋ ਅਰਨਿੰਗ ਜੇ ਆਪਾਂ ਦੇਖੀਏ ਤਾਂ ਮੰਡੇ ਨੂੰ ਆ আফਟਰ ਮਾਰਕੀਟ ਕਲੋਜ਼ ਜ਼ੂਮ ਦੀ ਅਰਨਿੰਗ ਆਊਗੀ ਇਹ ਥੋੜੀ ਜਿਹੀ ਦੇਖ ਸਕਦੇ ਹਾਂ ਬਟ ਨਾਟ ਅ ਬਿਗ ਮੂਵਰ ਕੋਈ ਐਕਸਪੈਕਟੇਸ਼ਨ ਨਹੀਂ ਹੈਗੀ ਟਿਊਜ਼ਡੇ ਬੈਸਟ ਬਾਇ ਆ ਤੇ ਨਥਿੰਗ ਮੱਚ ਸੋ ਟਿਊਜ਼ਡੇ ਆਫਟਰਨੂਨ ਦੇ ਵਿੱਚ ਆਫਟਰ ਮਾਰਕੀਟ ਕਲੋਜ਼ ਦੋ ਤਿੰਨ ਅਰਨਿੰਗਸ ਹੈਗੀਆਂ ਨੇ ਜਿਨ੍ਹਾਂ ਨੂੰ ਤੁਸੀਂ ਵਾਚ ਕਰ ਸਕਦੇ ਹੋ ਡੈਲ ਦੀ ਅਰਨਿੰਗ ਆ ਕਰਾਊਡ ਸਟ੍ਰਾਈਕ ਦੀ ਅਰਨਿੰਗ ਆ ਆਟੋਡੈਸਕ ਦੀ ਅਰਨਿੰਗ ਆ ਐਚਪੀ ਦੀ ਅਰਨਿੰਗ ਆ ਠੀਕ ਹੈ ਸੋ ਕਾਫੀ ਕੰਪਨੀਆਂ ਹੈਗੀਆਂ ਜਿਨ੍ਹਾਂ ਦੀ ਅਰਨਿੰਗ ਹੈਗੀ ਆ ਟਿਊਸਡੇ ਆਫਟਰਨੂਨ ਦੇ ਵਿੱਚ ਮੇਰਾ ਪਲਾਨ ਕੀ ਆ ਸਿੰਪਲ ਇਜ਼ ਦੈਟ ਕਿ ਜੇ ਡੈਲ ਦੀ ਅਰਨਿੰਗ ਮਾੜੀ ਆਉਂਦੀ ਆ ਥੱਲੇ ਡਿੱਗਦਾ ਸਟਾਕ ਹੈ ਸਟਾਕ ਨੂੰ ਬਾਏ ਕਰਨ ਦਾ ਮੇਰਾ ਪਲਾਨ ਹੈਗਾ ਯਾ ਫॉर ਲੌਂਗ ਟਰਮ ਇਨਵੈਸਟਮੈਂਟ ਲिटल ਬਿਟ ਜੀ ਆਪਾਂ ਨੂੰ ਮੌਕਾ ਵਧੀਆ ਮਿਲਦਾ ਦਾ ਆਈ ਵਿਲ ਨਾਟ ਬੀ ਗੋਇੰਗ 올 ਇਨ ਸਾਰੀ ਪੋਜੀਸ਼ਨ ਤੇ ਮੈਂ ਨਹੀਂ ਬਣਾਉਂਗਾ ਕਿਉਂਕਿ ਜੇ ਮਾਰਕੀਟ ਅੱਗੇ ਜਾ ਕੇ ਡਿੱਗਦੀ ਆ ਕਿਤੇ 2025 ਦੇ ਵਿੱਚ ਸ਼ਾਇਦ ਆਪਾਂ ਨੂੰ ਹੋਰ ਵਧੀਆ ਆਪਰਚੂਨਿਟੀ ਮਿਲੇ ਬਟ ਆਈ ਐਮ ਲੁਕਿੰਗ ਫਾਰ ਡੈਲ ਕਿ ਡੈਲ ਜੇ ਆਪਾਂ ਨੂੰ ਮੌਕਾ ਦਿੰਦਾ ਡ੍ਰੌਪ ਹੁੰਦਾ ਅਰਨਿੰਗ ਮਾੜੀ ਆਉਂਦੀ ਹੈ ਤੇ ਫਿਰ ਇਹਦੇ ਵਿੱਚ ਕਰਨ ਬਾਰੇ ਦੇਖਾਂਗੇ ਬਟ ਪਹਿਲਾਂ ਕਿਸੇ ਦੀ ਵੀ ਅਰਨਿੰਗ ਮੈਂ ਕਰਨ ਬਾਰੇ ਨਹੀਂ ਦੇਖ ਰਿਹਾ ਵੀ ਵਿਲ ਬੀ ਲੁਕਿੰਗ ਫਾਰ ਨੈਕਸਟ ਅਰਨਿੰਗ ਸੀਜ਼ਨ ਜੋ ਜਨਵਰੀ ਦੇ ਵਿੱਚ ਆਉਣਾ ਹੈ ਮੂਵ ਹੋ ਸਕਦੇ ਆ ਕਰਾਉਡ ਸਟ੍ਰਾਈਕ ਦੀ ਬਿਗ ਮੂਵ ਹੋ ਸਕਦੀ ਆ ਆਟੋਡੈਸਕ ਦੀ ਬਟ ਮੈਨੂੰ ਪਤਾ ਕਿ ਆਪਸ਼ਨਾਂ ਕਾਫੀ ਮਹਿੰਗੇ ਆ ਹੋਣੀਆਂ ਸ਼ਾਰਟ ਵੀਕ ਦੇ ਕਰਕੇ ਇਸ ਕਰਕੇ ਬਹੁਤ ਧਿਆਨ ਦੇ ਨਾਲ ਜੀ ਦੇਖਦੇ ਆ ਕਿੱਦਾਂ ਦੀਆਂ ਮਿਲਦੀਆਂ ਜੇ ਕੋਈ ਬੈਸਟ ਆਪਸ਼ਨ ਹੋਈ ਤਾਂ ਤੁਹਾਨੂੰ ਮੈਂ ਕੱਲ ਲਾਈਵ ਟਰੇਡਿੰਗ ਦੇ ਬਟ ਪਲਾਨ ਜਿਹੜਾ ਹੈ ਮੇਰਾ Dell ਦੇ ਸਟਾਕ ਦੇ ਵਾਲੇ ਹੈਗਾ ਜੀ ਜੇ ਡਿੱਪ ਹੁੰਦੀ ਆ ਤੇ ਸੇਮ ਜੋ Nvidia ਦੇ ਨਾਲ ਲਾਸਟ ਵੀਕ ਮੈਂ ਕਰਿਆ ਸੀ Nvidia ਦੀ ਅਰਨਿੰਗ ਨਹੀਂ ਹੀ ਪਲੇ ਕਰੀ ਅਰਨਿੰਗ ਤੋਂ ਬਾਅਦ Nvidia ਦਾ ਸਟਾਕ ਡਿੱਗਿਆ ਤਦ ਨੂੰ ਮੈਂ Instagram ਦੀ ਸਟੋਰੀ ਚ ਵੀ ਸ਼ੇਅਰ ਕਰ ਦਿੱਤਾ ਸੀ ਆਪਣੇ ਗਰੁੱਪਸ ਦੇ ਵਿੱਚ ਵੀ ਸ਼ੇਅਰ ਕਰ ਦਿੱਤਾ ਸੀ ਕਿ this is my plan Nvidia ਜੇ ਡਿੱਗਦਾ ਇੱਥੋਂ ਆਪਾਂ ਬਾਏ ਕਰਾਂਗੇ ਉਹੀ ਗੱਲ ਹੋਈ ਉੱਥੇ ਡਿੱਗਾ ਸਟਾਕ ਬਾਏ ਕਰੇ ਪ੍ਰੋਫਿਟ ਬਣਾਇਆ ਬਾਹਰ ਆ ਗਏ ਸੇਮ ਮੇਬੀ ਵਿਦ Dell ਜੇ ਆਪਾਂ ਨੂੰ ਮੌਕਾ ਮਿਲਦਾ ਤੇ ਜਿਹੜੇ ਏਰੀਆ ਨੇ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰ ਦੂੰਗਾ ਜੀ groups ਦੇ ਵਿੱਚ ਆਪਣੇ ਅੰਦਰ ਪ੍ਰੀਮੀਅਮ ਦੇ ਵਿੱਚ ਸੋ 블랙 ਫਰਾਈਡੇ ਦੀ ਡੀਲ ਸੋ 블랙 ਫਰਾਈਡੇ ਤੇ ਜੇ ਕਿਸੇ ਨੇ ਫਿਊਚਰ ট্রেਡਿੰਗ ਪ੍ਰੋਗਰਾਮ ਕਰਨਾ ਆਪਣੀ ਵੈਬਸਾਈਟ ਤੇ ਜਾ ਕੇ stocktalkforyou.com ਤੇ ਕਰ ਸਕਦਾ ਆ ਤੇ ਜੇ ਕਿਸੇ ਨੇ অপਸ਼ਨ ট্রেਡਿੰਗ ਲਰਨ ਕਰਨੀ ਆਈ ਥਿੰਕ ਦਿਸ ਇਜ਼ ਦਾ ਗੁੱਡ ਵੀਕ ਟੂ ਲਰਨ ਸ਼ਾਰਟ ਵੀਕ ਆ ਜੇ ਤੁਹਾਡੇ ਕੋਈ ਆ ਕਿ ਹਾਂਜੀ ਮੈਂ ਸਟਾਕ ট্রেਡਿੰਗ ਤੇ ਕਰ ਹੀ ਰਿਹਾ ਆਈ ਜਸਟ ਵਾਂਟ ਟੂ ਮੇਕ ट्रांजिशन ਟੂ অপਸ਼ਨ ট্রেਡਿੰਗ ਜਾਂ ਫਿਊਚਰ ট্রেਡਿੰਗ ਉਹਨਾਂ ਦੋਵਾਂ ਚ ਕੁਝ ਨਾ ਕੁਝ ਸਿੱਖਣਾ ਦਿਸ ਇਜ਼ ਦਾ ਗੁੱਡ ਟਾਈਮ ਤਾਂ ਹੀ ਕਰਕੇ ਮੈਂ ਉਹ ਰੱਖਿਆ ਹੋਇਆ ਕਿ ਤੁਸੀਂ ਇਹਦੇ ਵਿੱਚ ਵੀਕ ਦੇ ਵਿੱਚ ਲਰਨ ਕਰ ਸਕਦੇ ਹੋ ਤੇ ਨੈਕਸਟ ਵੀਕ ਤੱਕ ਫਿਰ ਆਪਣਾ ਜਿਹੜਾ ਟੀਚਿੰਗ ਵੀਕ ਆ ਉਹ ਵੀ ਸਟਾਰਟ ਹੋ ਜਾਣਾ ਲਾਈਵ ਦੇ ਉੱਪਰ ਉਹਦੇ ਵਿੱਚ ਆਣ ਕੇ ਤੁਹਾਨੂੰ ਹੋਰ ਬੈਨੀਫਿਟ ਮਿਲੂਗਾ ਸੋ ਉਸ ਤੋਂ ਪਹਿਲਾਂ ਜੇ ਕੋਈ ਆਪਣੇ ਆਪ ਨੂੰ ਪ੍ਰੀਪੇਅਰ ਕਰਨਾ ਚਾਹੁੰਦਾ ਆ ਲਰਨ ਕਰਨਾ ਚਾਹੁੰਦਾ ਆ ਤੇ ਫਿਊਚਰ ਦਾ ਕੋਡ ਹੈਗਾ ਜੀ ਫਿਊਚਰਸ ਤੇ ਆਪਸ਼ਨ ਦਾ ਕੋਡ ਹੈਗਾ ਆ ਆਪਸ਼ਨਸ ਐਂਡ ਤੇ ਐਸ ਆ ਦੋਵਾਂ ਦੇ ਫਿਊਚਰਸ ਦੇ ਵਿੱਚ ਫਿਊਚਰ ਦੇ ਵਿੱਚ ਫਿਊਚਰਸ ਆ ਤੇ ਆਪਸ਼ਨ ਦੇ ਵਿੱਚ ਆਪਸ਼ਨਸ ਆ ਉਨ੍ਹਾਂ ਦੋਵਾਂ 'ਚ ਕੋਈ ਵੀ ਤੁਸੀਂ ਜਾ ਕੇ ਕਰ ਸਕਦੇ ਹੋ ਲਰਨ ਕਰ ਸਕਦੇ ਹੋ ਪ੍ਰੇਪੇਅਰ ਹੋ ਸਕਦੇ ਹੋ ਇਸ ਤੋਂ ਨੈਕਸਟ ਵੀਕ ਟੀਚਿੰਗ ਵੀਕ ਦੇ ਲਈ ਉੱਥੇ ਨਾਲੇ ਆਣ ਕੇ ਫਿਰ ਟਰੇਡ ਸ਼ੁਰੂ ਕਰ ਸਕਦੇ ਆ ਤੇ ਨਾਲੇ ਥੋੜਾ ਜਿਹਾ ਇੱਥੇ ਤੁਹਾਨੂੰ ਮੈਂ ਹੋਰ ਪਾਲਿਸ਼ ਕਰ ਦੂੰਗਾ ਹੋਰ ਆਈਡੀਆ ਸ਼ੇਅਰ ਕਰ ਦਊਗਾ ਜੀ ਲਾਈਵ ਟਰੇਡ ਜੇ ਕੋਈ ਕਰ ਰਿਹਾ ਤਾਂ ਗੁੱਡਾ ਜੀ ਕੇਸੀ ਨੇ ਸਬਸਕ੍ਰਾਈਬ ਕਰਨਾ ਦੋ ਆਪਸ਼ਨਾਂ ਨੇ ਇੱਕ ਆਪਣੀ ਵੈਬਸਾਈਟ ਤੇ ਜਾ ਕੇ ਕਰ ਸਕਦੇ ਆ stocktalkforu.com ਤੇ ਇੱਥੇ ਤੁਹਾਨੂੰ ਆਪਣੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਜਿਹੜਾ ਹੈ ਉਹ ਲੱਭ ਜੂਗਾ ਜੇ ਡਿਸਕੋਰਡ ਤੇ ਕਰਨਾ ਆ ਸਵੇਰੇ ਤੁਹਾਡੇ ਕੋਲ ਵੀਡੀਓ ਵਾਚ ਕਰਨ ਦਾ ਨਹੀਂ ਟਾਈਮ ਹੁੰਦਾ ਕੱਲੀ ਆਡੀਓ ਸੁਣ ਸਕਦੇ ਹੋ ਕੰਮਕੁਮਤੇ ਹੁੰਨੇ ਆ ਤੇ ਉਹਦਾ ਵੀ ਲਿੰਕ ਤੁਹਾਨੂੰ ਮਿਲ ਜੂਗਾ ਜੇ ਤੁਸੀਂ ਜਾ ਕੇ ਤੇ ਡਿਸਕੋਰਡ ਤੇ ਵੀ ਕਰ ਸਕਦੇ ਆ ਜਿੱਥੇ ਆਪਾਂ ਐਵਰੀਡੇ ਲਾਈਵ ਟ੍ਰੇਡ ਕਰਦੇ ਆ ਸਟਾਕਸ ਆਪਸ਼ਨ ਦੇ ਅਲਰਟ ਹੁੰਦੇ ਨੇ ਜੀ ਸੋ ਗੱਲ ਕਰਦੇ ਆ ਜੀ ਥੋੜੇ ਜਿਹਾ ਚਾਰਟਸ ਤੇ ਸੋ ਇੱਕ ਦੋ ਵੀਰਾਂ ਨੇ ਮੈਨੂੰ ਚਾਰਟ ਦੱਸੇ ਸੀ ਸੋ ਉਹਨਾਂ ਨੂੰ ਟੱਚ ਕਰਦੇ ਆ ਸਭ ਤੋਂ ਪਹਿਲਾਂ ਮੈਟਾ ਦਾ ਚਾਰਟ ਜੀ ਸੋ ਮੈਟਾ ਕੀ ਕਹਿ ਰਿਹਾ ਮੈਟਾ ਜਿਹੜਾ ਆ ਜੀ ਆਪਣੀ 50 ਦੇ ਮੂਵਿੰਗ ਐਵਰੇਜ ਤੋਂ ਵਾਰ-ਵਾਰ ਡਿੱਗ ਰਿਹਾ ਜੇ ਆਪਾਂ ਦੇਖੀਏ ਤਾਂ ਟਾਰਗੇਟ ਤੁਹਾਨੂੰ ਪਤਾ ਹੀ ਹੈ ਕਿ ਮੇਰਾ ਮੈਟਾ ਦਾ ਹੈਗਾ ਸੀ ਕਿ ਜੇ ਮੈਟਾ 545 ਦੇ ਨੇੜੇ ਤੇ ਡਿਆਉਂਦਾ ਉੱਥੋਂ ਬਾਇ ਕਰਦੇ ਉੱਥੇ ਅਜੇ ਨਹੀਂ ਪਹੁੰਚਿਆ ਨੇੜੇ ਉਂਝੇ ਵਾਪਸੀ ਕਰ ਗਿਆ 545 ਤੇ ਆਪਾਂ ਦੇਖ ਰਹੀ 547 ਤੋਂ ਵਾਪਸੀ ਕਰੀ ਕਈ ਵੀਰ ਐਂਟਰ ਹੋ ਗਏ ਸੀ ਪ੍ਰੋਫਿਟ ਬਣਾ ਲਿਆ ਬਟ ਹੁਣ ਨੈਕਸਟ ਆਪਾਂ ਮੈਟਾ ਇਹੀ ਦੇਖਣਾ ਕਿ ਕੀ ਕਰਦਾ 572 573 ਦੇ ਨੇੜੇ ਤੇੜੇ ਬਹੁਤ ਵੱਡਾ ਸਟਾਕ ਆ ਅਗੇਨ ਡਾਲਰ ਇਧਰ ਉਧਰ ਹੋ ਸਕਦਾ ਕਿਉਂਕਿ 570 ਡਾਲਰ ਵਾਲਾ ਸਟਾਕ ਆ 600 ਡਾਲਰ ਦਾ ਯੂ ਕੈਨ ਨਾਟ ਪਿੰ ਪੁਆਇੰਟ ਠੀਕ ਹੈ ਆਸ ਕਰਦੇ ਹਾਂ ਕਿ ਪਿੰਨ ਪੁਆਇੰਟ ਹੋ ਜੇ ਬਟ ਉਹੀ ਆਪਕੇ 572 73 ਡਾਲਰ ਦੇ ਨੇੜੇ ਤੇੜੇ ਜਾ ਕੇ ਉੱਥੋਂ ਜੇ ਡ੍ਰੌਪ ਹੁੰਦਾ ਤਾਂ ਵਧੀਆ ਸ਼ਾਰਟ ਹੋ ਸਕਦਾ ਫਿਰ 545 ਵਾਲੇ ਏਰੀਏ ਤੋਂ ਜੇ ਆਪਾਂ ਨੂੰ ਲੌਂਗ ਦੇ ਵਿੱਚ ਟ੍ਰੇਡ ਮਿਲਦੀ ਹੈ ਜਾਂ ਕਾਲ ਦੇ ਵਿੱਚ ਤਾਂ ਆਪਾਂ ਮੈਟਾ ਦੀ ਦੇਖ ਸਕਦੇ ਹਾਂ ਨੈਕਸਟ ਵੀਕ ਦੇ ਵਿੱਚ ਰਿਮਾਈਂਡ ਕਰਾਦਾ ਕਿ ਸ਼ਾਰਟ ਵੀਕ ਆ ਧਿਆਨ ਦੇ ਨਾਲ ਜੀ ਸੋ lettes me ਸ਼ੇਅਰ ਵਿਦ ਯੂ ਡੱਲ ਦਾ ਕੋਈ ਪੁੱਛ ਰਿਹਾ ਸੀ ਜੀ ਡੱਲ ਦਾ ਵੈਸੇ ਆਈਡੀਆ ਤਾਂ ਮੈਂ ਸ਼ੇਅਰ ਕਰ ਹੀ ਦਿੱਤਾ ਤੁਹਾਡੇ ਨਾਲ ਸੋ ਡੱਲ ਦੇਖਦੇ ਹਾਂ ਕਾਫੀ ਹਾਈਪ ਦੇ ਵਿੱਚ ਆ ਸਟਾਕ ਵਧੀਆ ਜਾ ਰਿਹਾ ਆਪਾਂ ਟ੍ਰੈਂਡ ਦੇ ਵਿੱਚ ਆ ਸੋ ਅਰਨਿੰਗ ਕਿੱਦਾਂ ਨਹੀਂ ਆਉਂਦੀ ਜੀ ਉਸ ਤੋਂ ਬਾਅਦ ਹੀ ਆਪਾਂ ਨੂੰ ਪਤਾ ਲੱਗੂਗਾ ਅਰਨਿੰਗ ਦੇ ਲਈ ਆਪਾਂ ਕੱਲ ਆਪਸ਼ਨਾਂ ਦੇਖਾਂਗੇ ਲਾਈਵ ਦੇ ਉੱਪਰ ਜਦੋਂ ਟ੍ਰੇਡ ਕਰਨਾ ਕੀ ਕਿੱਦਾਂ ਦੀਆਂ ਇਹਦੀਆਂ ਹੁੰਦੀਆਂ ਸੋ ਗੁੱਡ ਟ੍ਰੇਡ ਜਿਹੜੀ ਮੈਨੂੰ ਲੱਗਦਾ ਕਿ ਆਪਾਂ ਨੂੰ ਵੈਲ ਪੇ ਕਰ ਸਕਦੀ ਹੈ 댓 ਇਜ਼ ਐਮਾਜ਼ਨ ਸੋ ਐਮਾਜ਼ਨ ਦੀ ਸਵਿੰਗ ਟ੍ਰੇਡ ਆਪਾਂ ਕਰਨ ਬਾਰੇ ਦੇਖਾਂਗੇ ਕਿਉਂਕਿ ਨੈਕਸਟ ਵੀਕਐਂਡ ਤੇ ਐਮਾਜ਼ਨ ਦੇ ਉੱਪਰ ਐਨ ਐਫ ਐਲ ਦੀਆਂ ਜਿਹੜੀਆਂ ਗੇਮਸ ਆ ਉਹ ਸਟ੍ਰੀਮ ਹੋਣੀਆਂ ਨੇ ਜਿਹੜਾ ਲੌਂਗ ਵੀਕਐਂਡ ਥੈਂਕਸ giving ਲੌਂਗ ਵੀਕਐਂਡ Netflix ਦਾ ਤੁਸੀਂ ਦੇਖਿਆ ਸੀ ਕਿ ਜਦੋਂ Netflix ਦੇ ਵਿੱਚ ਆਪਣਾ ਬਾਕਸਿੰਗ ਦਾ ਮੈਚ ਹੋਇਆ ਜੀ ਜੇਕ ਪੌਲ ਤੇ ਮਾਈਕ ਟਾਈਸਨ ਦਾ ਤੇ ਉਸ ਤੋਂ ਬਾਅਦ ਕਾਫੀ ਵਧੀਆ ਹਾਈਪ ਬਣੀ ਤੇ ਇੱਕ ਵਾਰੀ ਡ੍ਰੌਪ ਹੋਇਆ ਸੀ Netflix ਦਾ ਸਟਾਕ ਬਟ ਜੇ ਆਪਾਂ ਲਈਏ ਤੇ 825 ਦੀ ਤੋਂ 900 ਡਾਲਰ ਦੇ ਨੇੜੇ ਤੇੜੇ ਪਹੁੰਚ ਗਿਆ ਜੀ ਸਪੀਡ ਬਣੀ ਆ ਬਹੁਤ ਅੱਗੋਂ ਸ਼ਾਰਟ ਕਿੱਥੋਂ ਕਰਨਾ ਉਹ ਏਰੀਆ ਤੁਹਾਨੂੰ ਮੈਂ অলরেਡੀ ਦੱਸਿਆ ਹੋਇਆ ਕਿ ਆਪਾਂ ਇੱਥੋਂ ਸ਼ਾਰਟ ਕਰਨਾ ਆ ਗਰੁੱਪ ਦੇ ਵਿੱਚ ਜਿਹੜੇ ਆਪਾਂ ਨਾਲ ਟ੍ਰੇਡ ਕਰਦੇ ਆ ਕਿ ਇੱਥੇ-ਇੱਥੇ ਆਪਾਂ ਦੇਖਾਂਗੇ ਇਦਾਂ ਹੀ ਮੈਨੂੰ Amazon ਦੀ ਵੀ ਆਸ ਲੱਗਦੀ ਹੈ ਕਿ ਨੈਕਸਟ ਵੀਕਐਂਡ ਇਜ਼ ਅ ਲੌਂਗ ਵੀਕਐਂਡ ਐ NFL ਦੀ ਦੇਖਦੇ ਆਪਾਂ ਨੂੰ ਡਿੱਪ ਦੇ ਕੇ ਥੋੜੀ ਜੀ ਤੇ ਜੇ 1.95 ਦੇ ਨੇੜੇ ਤੇੜਿਓਂ ਕਿਤੇ ਐਂਟਰੀ ਦਿਵਾ ਦਿੱਤਾ ਵਧੀਆ ਹੋਊਗਾ ਲੌਂਗ ਵਾਲੀ ਸਾਈਡ ਤੇ ਕਰਨ ਬਾਰੇ ਦੇਖਦੇ ਆ ਹਾਫਫਲੀ ਐਨ ਐਫ ਐਲ ਦੇ ਜਿਹੜੇ ਆਪਣਾ ਗੇਮ ਆ ਉੱਤੇ ਵਧੀਆ ਸਟ੍ਰੀਮਿੰਗ ਹੋਵੇ ਇਹਨਾਂ ਦੀ ਵਧੀਆ ਵਿਊਰਸ਼ਿਪ ਹੋਵੇ ਤਾਂ ਸਟਾਕ ਉੱਪਰ ਜਾ ਸਕਦਾ ਨੈਕਸਟ ਵੀਕ ਮੰਡੇ ਟਿਊਸਡੇ ਇਦਾਂ ਕੁਝ ਕਰਕੇ ਬਾਕੀ ਲਾਸਟ ਈਅਰ ਵੀ ਉਹਨਾਂ ਕਰਿਆ ਸੀ ਜੇ ਉਦੋਂ ਪ੍ਰਾਈਸ ਦੇ ਨਾਲ ਤੁਸੀਂ ਕੰਪੇਅਰ ਕਰਨਾ ਕਿ ਲਾਸਟ ਈਅਰ ਕੀ ਹੋਇਆ ਸੀ ਤਾਂ ਆਪਾਂ ਚਾਰਟ ਤੇ ਜਾ ਕੇ ਕੰਪੇਅਰ ਕਰ ਵੀ ਸਕਦੇ ਹਾਂ ਲਾਸਟ ਈਅਰ ਥੈਂਕਸ giving ਵੀਕਐਂਡ ਤੋਂ ਬਾਅਦ ਸਟਾਕ ਕਿਦਾਂ ਮੂਵ ਕਰਿਆ ਸੀ Amazon ਦਾ ਯੂ ਕੈਨ ਡੂ ਥੈਟ ਸਟੱਡੀ ਆਪਾਂ ਕੱਲ ਦੇਖ ਲਾਂਗੇ ਜੀ ਮਾੜਾ ਸੋ ਇਹ ਮੇਰਾ ਆਈਡੀਆ ਹੈਗਾ ਇਹਨੂੰ ਆਪਾਂ ਅੱਗੇ ਜਾ ਕੇ ਤੇ ਇੰਪਲੀਮੈਂਟ ਕਰ ਸਕਦੇ ਹਾਂ ਜੇ ਕੱਲ ਕਰਨਾ ਹੋਵੇ ਤਾਂ ਜੇ ਆਪਾਂ ਸਪਾਈ ਦੀ ਗੱਲ ਕਰੀਏ ਤਾਂ ਜਦੋਂ ਮੈਂ ਹੁਣ ਜੀ ਫਿਊਚਰ ਦੇਖ ਰਿਹਾ ਸੋ ਲੈਟ ਮੀ ਗੋ ਐਂਡ ਟੇਕ ਅ ਲੁੱਕ ਕੀ ਕਰ ਰਿਹਾ ਜੀ ਫਿਊਚਰਸ 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 ਦੇ ਵਿੱਚ ਕੀ ਹੈ ਸੋ ਫਿਊਚਰ ਹੈ ਹੀ ਆ ਜੀ ਗੈਪ ਅਪ ਦੇ ਨਾਲ ਓਪਨ ਹੋਇਆ ਉੱਪਰ ਦੀ ਉੱਪਰ ਉੱਪਰ ਦੀ ਉੱਪਰ ਦੀ ਉੱਪਰ ਹੀ ਜਾ ਰਿਹਾ ਆ ਸੋ ਇਸ ਕਰਕੇ ਮਾਰਕੀਟ ਦੇ ਸਵੇਰੇ ਸਵੇਰ ਤੱਕ ਤੇ ਕਾਫੀ ਕੁਝ ਚੇਂਜ ਹੋ ਸਕਦਾ ਬਟ ਮੋਸਟ ਪ੍ਰੋਬਬਲੀ ਗੈਪ ਅਪ ਦੇ ਨਾਲ ਓਪਨ ਹੋਣ ਦੇ ਚਾਂਸ ਆ ਐਂਡ ਪ੍ਰੋਬਬਲੀ ਸਪਾਈ ਜਿਹੜਾ ਹੈ ਜੀ 600 ਡਾਲਰ ਤੋਂ ਜਾ ਕੇ ਦੇਖਦੇ ਹਾਂ ਕੀ ਕਰਦਾ ਹੈ ਆ ਲਾਸਟ ਟਾਈਮ ਤੁਹਾਨੂੰ ਮੈਂ ਦੱਸਿਆ ਸੀ 600 ਤੋਂ ਰਿਜੈਕਸ਼ਨ ਕੀ 600 ਤੋਂ ਆਪਾਂ ਨੂੰ ਰਿਜੈਕਸ਼ਨ ਮਿਲਦੀ ਆ ਜਾਂ ਨਹੀਂ ਮੈਨੂੰ ਲੱਗਦਾ ਕਿ ਜੇ ਵੀਕ ਦੇ ਵਿੱਚ ਵੋਲਿਊਮ ਘਟ ਰਹਿਣਾ ਹੋਇਆ ਤੇ 600 ਡਾਲਰ ਤੋਂ ਆਪਾਂ ਨੂੰ ਰਿਜੈਕਸ਼ਨ ਮਿਲ ਕੇ ਉੱਥੇ ਪੇ ਖੜ ਜਾਣਾ ਸੈਕੰਡ ਥਿੰਗ ਕੀ ਹੋ ਸਕਦਾ ਓਵਰਨਾਈਟ ਮਾਰਕੀਟ 600 ਦੇ ਪਹੁੰਚ ਜੇ ਠੀਕ ਹੈ ਸਵੇਰੇ ਮੜਾ ਜੀ ਜੇ ਉੱਥੋਂ ਉੱਪਰ ਜਾਵੇ ਤੇ ਮਾਰਕੀਟ ਓਪਨ ਹੁੰਦੇ ਆਂ ਜਾਂ ਕੱਲ ਆਪਣਾ ਦਿਨੇ 600 ਤੋਂ ਡ੍ਰੋਪ ਹੋ ਜੇ ਸੋ 600 ਇਜ਼ ਦਾ ਏਰੀਆ ਜਿਹਨੂੰ ਆਪਾਂ ਵਾਚ ਕਰਾਂਗੇ ਬੇਸਿਕਲੀ ਦੈਟਸ ਵਾਟ ਆਈ ਏਮ ਟਾਕਿੰਗ ਅਬਾਊਟ ਕਿ 600 ਤੇ ਜਾ ਕੇ ਕੀ ਕਰਦਾ ਸਪਾਈ ਐਸ ਐਨ ਪੀ 500 ਉਹਨੂੰ ਆਪਾਂ ਦੇਖ ਸਕਦੇ ਆਂ ਜੀ ਸੋ ਬਿਟਕੋਇਨ ਬੀਟੀਸੀ ਹਮਾਰਾ ਪਿਆਰਾ ਹਮ ਸਭ ਦਾ ਪਿਆਰਾ ਐਂਡ ਦੁਲਾਰਾ ਬੀਟੀਸੀ ਕਿਆ ਕਰ ਰਹਾ ਹੈ ਚਲਿਓ ਆਓ ਜੀ ਸੋ ਬਿਟਕੋਇਨ ਦੇ ਵਿੱਚ ਕੀ ਆ ਕਿ ਕਾਫੀ ਡ੍ਰੋਪ ਜੀ ਇੱਕ ਆਈ ਸੀ ਕੱਲ ਤੇ ਬਿਟਕੋਇਨ ਨੇ ਕਾਫੀ ਵਧੀਆ ਇੱਕ ਟ੍ਰੈਂਡ ਲਾਈਨ ਦੀ ਬਣ ਰਹੀ ਆ ਉਹਨੂੰ ਆਣ ਕੇ ਤੇ ਬਿਟਕੋਇਨ ਨੇ ਆਪਣਾ ਕੀ ਆ ਕਿ ਬੜਾ ਵਧੀਆ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰੀ ਸੀ ਗਰੁੱਪ ਦੇ ਵਿੱਚ ਮੈਨੂੰ ਲੱਗਦਾ ਕਿ ਕ੍ਰਿਪਟੋ ਕਰੰਸੀ ਵੀ ਟ੍ਰੇਡ ਕਰਨੀ ਸ਼ੁਰੂ ਕਰਨੀ ਆ ਕਿਉਂਕਿ ਜਿੱਥੇ ਲਾਈਨ ਲਾ ਦੀ ਉੱਥੋਂ ਨਾ ਬਾਅਦ ਚ ਮੰਨ ਜਾਂਦਾ ਆਪਣੀ ਤੇ ਮੁੜ ਜਾਂਦਾ ਆ ਦੋ ਤਿੰਨ ਜਿਹੜੇ ਤੁਹਾਨੂੰ ਮੈਂ ਕੋਇਨ ਦੱਸੇ ਹੀ ਉਹ ਵੀ ਚੰਗੇ ਨਿਕਲ ਗਏ ਸੋ ਇਹ ਨਾ ਹੋਵੇ ਕਿ ਆਪਾਂ ਨੂੰ ਕ੍ਰਿਪਟੋ ਕਰੰਸੀ ਵੀ ਟ੍ਰੇਡ ਕਰਨੀ ਸ਼ੁਰੂ ਹੋਵੇ ਚਲੋ ਕੋਈ ਨਹੀਂ ਦੇਖਦੇ ਪੈਸਾ 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 ਸੋ ਟ੍ਰੈਂਡ ਲਾਈਨ ਜਿਹੜੀ ਤੁਹਾਨੂੰ ਮੈਂ ਲਾ ਕੇ ਦਿੱਤੀ ਸੀ ਜੀ yellow ਵਾਲੀ ਗਰੁੱਪ ਦੇ ਵਿੱਚ ਟੈਲੀਗ੍ਰਾਮ ਦੇ ਵਿੱਚ ਤੁਹਾਡੇ ਨਾਮ ਨੂੰ ਲੱਗਦਾ ਮੈਂ ਬਾਕੀ ਸ਼ਾਇਦ ਇੰਸਟਾਗ੍ਰam ਤੇ ਜਾਂ ਬਾਕੀ ਪਤਾ ਨਹੀਂ ਕਿਤੇ ਸ਼ੇਅਰ ਕਰੀ ਆ ਜਾਂ ਨਹੀਂ ਬਟ ਟੈਲੀਗ੍ਰਾਮ ਦੇ ਵਿੱਚ ਸ਼ੇਅਰ ਕਰੀ ਸੀ ਤੇ ਉੱਥੇ ਤੁਹਾਨੂੰ ਮੈਂ ਦੱਸਿਆ ਸੀ ਕਿ ਦੀਜ਼ ਆਰ ਦਾ ਟੂ ਲਾਈਨਸ ਜਿੱਥੇ ਇਹਨੂੰ ਹੋਲਡ ਕਰਨਾ ਪੈਣਾ ਆ ਜੇ ਇਹਨੇ ਵਾਪਸੀ ਕਰਨੀ ਆ ਤੇ ਵਧੀਆ ਆਪਣੀ ਟੌਪ ਵਾਲੀ ਲਾਈਨ ਨੂੰ ਹੀ ਬੜਾ ਵਧੀਆ ਆਣ ਕੇ ਹੋਲਡ ਕਰਕੇ ਤੇ ਵਾਪਸੀ ਕਰ ਰਿਹਾ ਪ੍ਰੋਬਬਲੀ ਗੋਇੰਗ ਟੁਵਾਰਡਸ 100k ਵਧੀਆ ਆ ਆਪਣੇ ਕੋਲ ਸਵਿੰਗ ਟ੍ਰੇਡਾਂ ਨਹੀਂ ਹੈਗੀਆਂ ਤੁਹਾਨੂੰ ਪਤਾ ਹੀ ETF ਦੀਆਂ ਆਪਸ਼ਨਾਂ ਦੀਆਂ ਆ ਜਿਹੜੀਆਂ ਆਪਾਂ ਹੋਲਡ ਕਰੀਆਂ ਹੋਈਆਂ ਉਹ ਦੇਖਦੇ ਆ ਕਿਦਾਂ ਪੇ ਆਫ ਕਰਦੀਆਂ ਜੀ ਸੋ ਥਿਸ ਇਜ਼ ਮਾਈ ਪਲਾਨ ਥਿਸ ਇਜ਼ ਸ਼ੁੱਡ ਬੀ ਯੂਅਰ ਪਲਾਨ ਫਾਰ ਨੈਕਸਟ ਵੀਕਐਂਡ ਜਸਟ ਅ ਸਟੈਪ ਬੈਕ ਧਿਆਨ ਦੇ ਨਾਲ ਟਰੇਡ ਕਰਨਾ ਆ ਯੂ మేਕ ਮਨੀ ਕੰਸਿਸਟੈਂਟ ਪ੍ਰੋਫਿਟ ਵੀਕ ਆਫਟਰ ਵੀਕ ਮੈਂ ਇਥੇ ਵੀਕ ਆਫਟਰ ਵੀਕ ਕਿਉਂ ਆ ਰਿਹਾ ਲਾਈਵ ਦੇ ਉੱਪਰ ਤਾਂ ਕਿ ਤੁਹਾਡੇ ਨਾਲ ਵੀਕ ਆਫਟਰ ਵੀਕ ਉਹ ਇਨਫੋਰਮੇਸ਼ਨ ਸ਼ੇਅਰ ਹੋ ਜੇ ਜੋ-ਜੋ ਤੁਹਾਨੂੰ ਚਾਹੀਦਾ ਤੇ ਤੁਸੀਂ ਵੀਕ ਆਫਟਰ ਵੀਕ ਆਪਣਾ ਵਧੀਆ ਪ੍ਰੋਫਿਟ ਬਣਾ ਕੇ ਤੇ ਅਕਾਊਂਟ ਨੂੰ ਗਰੋਅ ਕਰੋ ਇਫ ਯੂ ਆਰ ਸਟਿਲ ਸਟਰਗਲਿੰਗ you need to pay attention trading journal ਆਪਣਾ ਜਿਹੜਾ ਉਹਨੂੰ ਰਿਵਿਊ ਕਰੋ ਦੇਖੋ ਉਹਦੇ ਵਿੱਚ ਕੀ ਕੀ ਗਲਤੀਆਂ ਕਰ ਰਹੇ ਹੋ ਕਿੱਥੋਂ ਤੁਹਾਡੀ ਇੰਪਰੂਵਮੈਂਟ ਹੋ ਸਕਦੀ ਆ ਤੇ ਉਹ ਆਪਣੀ ਇੰਪਰੂਵਮੈਂਟ ਕਰਕੇ ট্রেਡਿੰਗ ਨੂੰ ਇੰਪਰੂਵ ਕਰੋ ਮੈਂ ਆਲਵੇਸ ਇਹੀ ਕਹਿੰਦਾ ਹਾਂ ਦਿਸ ਇਜ਼ ਦਾ ਗੋਲਡਨ ਚਾਂਸ ਜੇ ਤੁਸੀਂ ਮੇਰੇ ਨਾਲ ਟਰੇਡ ਕਰਦੇ ਹੋ ਕਿ ਤੁਸੀਂ ਲਰਨ ਕਰ ਸਕਦੇ ਆ ਟਰੇਡ ਕਰ ਸਕਦੇ ਆ ਸਾਈਕੋਲੋਜੀਕਲੀ ਸਿੱਖ ਸਕਦੇ ਆ ਇਹ ਨਹੀਂ ਕਿ ਇਕੱਲਾ ਤੁਹਾਨੂੰ ਅਲਰਟ ਮਿਲ ਰਿਹਾ ਆ ਯੂ ਆਰ ਅੰਡਰਸਟੈਂਡਿੰਗ एवरीथिंग ਇਨ ਡੈਪਥ ਜੋ ਜੋ ਤੁਹਾਨੂੰ ਮਾਰਕੀਟ ਦੇ ਵਿੱਚ ਚਾਹੀਦਾ ਹੈ ਸੋ ਕੱਲਾ ਇਹ ਨਾ ਹੋਵੇ ਕਿ ਤੁਸੀਂ ਸਟਾਕ ਹੀ ਲੱਭਦੇ ਰਹਿ ਜਾਓ ਤੇ ਬਾਕੀ ਸਾਰਾ ਕੁਝ ਭੁੱਲ ਜੂ। ਸੋ lets get ready. ਗੁੱਡ ਲੱਕ ਫਾਰ ਨੈਕਸਟ ਵੀਕ ਜੀ। ਜਿਨ੍ਹਾਂ ਨੇ ਟ੍ਰੇਡ ਕਰਨਾ ਆਪਣੇ ਨਾਲ ਆਪਾਂ ਕਰਦੇ ਆਂ ਤੇ ਜਿਹੜੇ ਨਹੀਂ ਆ ਉਹਨਾਂ ਨੂੰ ਮਿਲਦੇ ਆਂ ਜੀ ਆਪਾਂ ਨੈਕਸਟ ਵੀਕਐਂਡ ਤੇ ਤੇ ਜਾਣ ਲੱਗਾ ਮੈਂ ਕੋਈ ਚੀਜ਼ ਕਹਿ ਕੇ ਜਾਊਂਗਾ। ਗੁੱਡ ਲੱਕ ਟੂ ðiਸ ਪੀਪਲ ਜਿਹੜੇ ਇਹਦੇ ਵਿੱਚ ਨੇ। ਦੇਖਦੇ ਆਂ ਕੀ ਬਣਦਾ ਜੀ। ਆਈ ਐਮ ਇਨ। ਹੋਪਫੁਲੀ ਤੁਹਾਡੇ ਚੋਂ ਵੀ ਕਈ ਇਨ ਹੋਣੇ ਆ। ਦੇਖਦੇ ਆਂ ਕੀ ਬਣਦਾ।